ਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਹਿੰਦਰਾ ਨੇ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਕਰਜ਼ਾ ਰਾਹਤ ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ 6,615 ਕਿਸਾਨਾਂ ਨੂੰ 31.86 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਾਨਸਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਵੀ ਜ਼ਿਲ੍ਹੇ ਦੇ 13,267 ਕਿਸਾਨਾਂ ਨੂੰ 51.12 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਿੱਤੀ ਗਈ ਸੀ ਅਤੇ ਇਸੇ ਤਰ੍ਹਾਂ ਜ਼ਿਲ੍ਹੇ ਦੇ ਕੁੱਲ 19,882 ਕਿਸਾਨਾਂ ਨੂੰ 82.98 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੀ ਰਾਹਤ ਮਿਲੀ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀਆਂ ਤੇ ਵੀ ਕਰੜੇ ਨਿਸ਼ਾਨੇ ਸਾਧੇ। 615 ਨੂੰ 51 ਕਰੋੜ ਜਿਹੜਾ 51,12,00,000 ਰੁਪਈਆ 13,267 ਕਿਸਾਨਾਂ ਨੂੰ ਇਸ ਇਲਾਕੇ ਦਿਆਂ ਨੂੰ ਜਿਹੜੇ 4 ਵੱਡੇ ਫੰਕਸ਼ਨ ਹੋਏ ਸੀ ਉਹਨਾਂ 'ਚ ਦਿੱਤਾ ਗਿਆ ਔਰ 6,615 ਹੁਣ ਦਿੱਤਾ ਜਾ ਰਿਹਾ ਔਰ ਜਿਹਦਾ ਟੋਟਲ 86 ਕਰੋੜ ਹੋ ਗਿਆ। ਕਿੰਨੇ ਏਕੜ ਵਾਲੇ ਹੈਗੇ ਅਪ ਟੂ 2.5 ਏਕੜ।